ਕਿਸਾਨ ਵਿਰੋਧੀ ਆਰਡਰਸ ਤੇ ਭੜਕੇ ਆਪ ਵਰਕਰਾਂ ਕੀਤਾ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ। ਆਮ ਆਦਮੀ ਪਾਰਟੀ ਦੇ ਕਿਸਾਨ ਸੈੱਲ ਵੱਲੋਂ ਅੱਜ ਟਰੈਕਟਰ ਟਰਾਲੀਆਂ ਦੇ ਚੜ ਕੇ ਅੱਜ ਰੋਸ ਮਾਰਚ ਕੀਤਾ ਗਿਆ। ਉਹਨਾਂ ਕਿਹਾ ਕਿ ਜੋ ਕੇਂਦਰ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸ ਲੈ ਕੇ ਆਈ ਹੈ ਉਸ ਨੂੰ ਤੁਰੰਤ ਰੱਦ ਕਰੇ। ਇਸ ਬਿੱਲ ਦੇ ਆਉਣ ਦੇ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਵੇਗਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਲਈ ਸਰਕਾਰ ਕਿਸਾਨਾਂ ਵੱਲ ਦੇਖਦੇ ਹੋਏ ਇਸ ਆਰਡੀਨੈਂਸ ਨੂੰ ਤੁਰੰਤ ਰੱਦ ਕਰੇ। ਆਰਡੀਨੈਂਸ ਖਤਮ ਕਰੋ, ਖਤਮ ਕਰੋ, ਖਤਮ ਕਰੋ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਦੀ ਪਾਈਵਾਲ ਅਕਾਲੀ ਦਲ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਮੋਦੀ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਕੇਂਦਰ ਸਰਕਾਰ ਮੁਰਦਾਬਾਦ। ਇੱਕ ਪਾਸੇ 144 ਚਾਲੀ ਲੱਗੀ ਹੋਈ ਆ, ਤਾਰਾਂ ਲੱਗੀ ਹੋਈ ਆ, ਪ੍ਰਦਰਸ਼ਨ ਨਾਅਰੇਬਾਜ਼ੀ ਕਰਨੀ ਬੰਦ ਕੀਤੀ ਹੋਈ ਆ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਯੂਨੀਅਨ ਰਾਜੋਵਾਲ ਜੀ ਜੋ ਮੈਮੋਰੈਂਡਮ ਦਿੱਤਾ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ, ਉਹਨਾਂ ਦੀ ਸਪੋਰਟ 'ਤੇ ਆਏ ਹਾਂ। ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਜੋ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨ ਮਾਰੂ ਆਰਡੀਨੈਂਸ ਪਾਸ ਕੀਤੇ ਸੀਗੇ ਉਹਨਾਂ ਖਿਲਾਫ ਅਸੀਂ ਧਰਨਾ ਦੇ ਚੁੱਕੇ ਹਾਂ, ਮੈਮੋਰੈਂਡਮ ਵੀ ਦੇ ਚੁੱਕੇ ਹਾਂ। ਔਰ ਜੇ ਮੋਦੀ ਸਰਕਾਰ ਹੈ ਇਹ ਪੰਜਾਬ ਔਰ ਹਰਿਆਣਾ ਦੇ ਕਿਸਾਨ ਨੂੰ ਖਤਮ ਕਰਨ ਲਈ ਫਿਰਦੀ ਹੈ। ਇਹਨਾਂ ਨੇ ਆਰਡੀਨੈਂਸ ਪਾਸ ਕੀਤੇ ਹੈ, ਉਸ ਆਰਡੀਨੈਂਸ ਤਹਿਤ ਜੋ ਝੋਨੇ ਔਰ ਕਣਕ ਦੀ ਜੋ MSP ਸੀ ਜਾਂ ਫਸਲ ਦਾ ਵਾਜਮਾ ਰੇਟ ਮਿਲਦਾ ਸੀਗਾ ਉਹਨੂੰ ਖਤਮ ਕਰਨ ਜਾ ਰਹੀ ਹੈ, ਔਰ ਇਹਨਾਂ ਨੂੰ ਵੱਡੇ ਘਰਾਣਿਆਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ। ਕਿਉਂਕਿ ਤੁਸੀਂ ਦੇਖਿਆ ਪਹਿਲਾਂ ਜਿੱਦਾਂ ਬਾਕੀ ਫਸਲਾਂ ਸਾਡੇ ਫੁੱਲਾਂ ਦੀ ਖੇਤੀ ਹੈ, ਸਾਡੇ ਆਲੂ ਦੀ ਖੇਤੀ ਹੈ, ਸਬਜ਼ੀਆਂ ਦੀ ਖੇਤੀ ਹੈ, ਜਾਂ ਸਾਡੇ ਹੋਰ ਜਿਵੇਂ ਹੋਰ ਚੌਲਾਂ ਦੀ ਖੇਤੀ ਹੈ, ਬਾਕੀ ਜਿਹੜੇ ਰਹਿ ਜਾਂਦੇ ਬਾਸਮਤੀ ਚੌਲ ਉਹਨਾਂ ਦਾ ਵਾਜਮਾ ਰੇਟ ਨਹੀਂ ਗਾ, ਔਰ ਕਿਸਾਨਾਂ ਨੂੰ ਇੱਕ ਦਿਨ ਮਜਬੂਰ ਹੋ ਕੇ ਉਹਨੂੰ ਡਰੇਨਾਂ ਵਿੱਚ ਲਾਉਣਾ ਪੈਂਦਾ, ਉਹਨਾਂ ਨੂੰ ਸੜਕਾਂ 'ਤੇ ਲਾਉਣਾ ਪੈਂਦਾ, ਔਰ ਵਿਚਾਰਾ ਕਿਸਾਨ ਬਿਲਕੁਲ ਬਰਬਾਦ ਹੋ ਜਾਂਦਾ। ਇੱਕ ਕਣਕ ਅਤੇ ਝੋਨਾ ਜਿਹੀ ਚੀਜ਼ ਸੀ ਜਿਹਦਾ ਇੱਕ ਸਾਨੂੰ MSP ਮਿਲਦੀ ਸੀ, ਉਹਦੇ ਨਾਲ ਕਿਸਾਨ ਦਾ ਗੁਜ਼ਾਰਾ ਚੱਲਦਾ ਸੀਗਾ। ਔਰ ਮੋਦੀ ਸਰਕਾਰ ਨੇ MSP ਖਤਮ ਕਰਕੇ ਪੰਜਾਬ ਹਰਿਆਣਾ ਦਾ ਮੰਡੀਕਰਨ ਖਤਮ ਕਰਨਾ ਚਾਹੁੰਦੇ ਹੈ। ਪੰਜਾਬ ਹਰਿਆਣਾ ਦਾ ਮੰਡੀਕਰਨ ਇੱਕ ਬਹੁਤ ਵਧੀਆ ਮੰਡੀਕਰਨ ਸੀ ਜਿਹਦੇ ਨਾਲ ਬਹੁਤ ਜ਼ਿਆਦਾ ਜੋਬਸ ਮਿਲਦੀਆਂ ਸੀ, ਔਰ ਇਸ ਮੰਡੀਕਰਨ ਤੋਂ ਜੋ ਪੈਸਾ ਇਕੱਠਾ ਹੁੰਦਾ ਸੀ ਉਹ ਰਾਜਾਂ ਵਿੱਚ ਸੜਕਾਂ ਬਣਦੀਆਂ ਸੀ, ਹੋਰ ਭਲੇ ਦੇ ਕੰਮ ਕੀਤੇ ਜਾਂਦੇ ਸੀਗੇ। ਔਰ ਮੰਡੀਕਰਨ ਖਤਮ ਕਰਨ ਦੇ ਨਾਲ ਇਕੱਲਾ ਕਿਸਾਨ ਹੀ ਨਹੀਂ, ਆੜ੍ਹਤੀਏ ਸਾਰੇ ਵਿਚਾਰੇ ਮੁਨੀਮ ਔਰ ਜਿਹੜੇ ਵਿਚਾਰੇ ਕਿਰਤੀਏ ਜਿਹੜੇ ਕਿ ਉੱਥੇ ਕੰਮ ਕਰਦੇ ਮਜ਼ਦੂਰ ਸਾਰੇ ਖਤਮ ਹੋ ਜਾਣਗੇ, ਔਰ ਇਹ ਮੰਡੀਕਰਨ ਦੇ ਨਾਂ 'ਤੇ ਜੋ ਕਿਸਾਨ ਬਰਬਾਦ ਹੋ ਜੂਗਾ, ਉਹਦੀਆਂ ਫਸਲਾਂ ਦਾ ਮੁੱਲ ਨਹੀਂ ਮਿਲਣਾ, ਔਰ ਕਿਸਾਨ ਆਪਦੀ ਜ਼ਮੀਨ ਵੇਚਣ ਲਈ ਮਜਬੂਰ ਹੋ ਜੂਗਾ। ਔਰ ਤੁਸੀਂ ਦੇਖੋਗੇ ਕਿ 2-4 ਸਾਲ ਦੇ ਵਿੱਚ ਹੀ ਕਿਸਾਨ ਜ਼ਮੀਨਾਂ ਵੇਚ ਕੇ ਇੱਕ ਦਿਹਾੜੀਦਾਰ ਬਣਨ ਲਈ ਮਜਬੂਰ ਹੋ ਜੂਗਾ। ਮੋਦੀ ਸਰਕਾਰ ਦੇ ਆਰਡੀਨੈਂਸ ਕਿਸਾਨ ਨੂੰ ਮਜ਼ਦੂਰ ਬਣਾਉਣ ਲਈ ਕੀਤੇ ਗਏ ਹੈ। ਦੂਸਰਾ, ਅਸੀਂ ਜੋ ਬਿਜਲੀ ਦੇ ਸੰਬੰਧ ਵਿੱਚ ਪਹਿਲਾਂ ਕੀ ਹੁੰਦਾ ਸੀਗਾ, ਹਰ ਇੱਕ ਸਟੇਟ ਨੂੰ ਅਧਿਕਾਰ ਸੀ, ਇੱਕ ਸਟੇਟ ਕਮਿਸ਼ਨ ਇਲੈਕਟ੍ਰੀਸਿਟੀ ਕਮਿਸ਼ਨ ਬਣਾਇਆ ਜਾਂਦਾ ਸੀਗਾ, ਜਿਹਦੇ ਤਹਿਤ ਉਹ ਆਪਦੇ ਆਪਦੇ ਜਿਹੜੇ ਅਧਿਕਾਰ ਚੂਜ਼ ਕਰਦੇ ਸੀ ਆਪਦੇ, ਵੀ ਕਿਹੜੇ ਜਿਹੜੇ ਗਰੀਬ ਨੂੰ ਕਿੰਨੀ ਬਿਜਲੀ ਜਿਹੜੀ ਯੂਨਿਟ ਮਾਫ਼ ਕਰਨੀ ਆ, ਕਿਸਾਨ ਨੂੰ ਕਿਵੇਂ ਮਾਫ਼ ਕਰਨੀ ਹੈ, ਇੰਡਸਟਰੀਅਲਿਸਟ ਨੂੰ ਕਿਵੇਂ ਦੇਣੀ ਹੈ, ਉਹਨੂੰ ਖਤਮ ਕਰਕੇ ਸੈਂਟਰ ਲੈਵਲ 'ਤੇ ਕਮਿਸ਼ਨ ਬਣਾ ਰਿਹਾ ਪੰਜਾਬਾਂ ਤੋਂ, ਉਹ ਪੰਜਾਬ ਤੋਂ ਜਾਂ ਉਹ ਵੀ ਸਟੇਟਾਂ ਤੋਂ ਅਧਿਕਾਰ ਖੋ ਰਹੇ ਹੈ। ਔਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜੋ ਬਾਹਰਲੇ ਮੁਲਕਾਂ ਦੀ ਗੱਲ ਹੀ ਨਾ ਕਰੀਏ ਤਾਂ ਸਾਡੇ ਗਵਾਂਢੀ ਪਾਕਿਸਤਾਨ ਲਾ ਲਓ, ਉੱਥੇ 30 ਰੁਪਏ ਡੀਜ਼ਲ, 40 ਰੁਪਏ ਪੈਟਰੋਲ ਹੈ, ਅਤੇ ਸਾਡੇ ਜਿਹੜੇ ਦੇਸ਼ ਦੇ ਵਿੱਚ 80 ਰੁਪਏ ਕੱਚਾ ਤੇਲ, ਜਦੋਂ ਕਿ ਬਿਲਕੁਲ ਕੋਈ ਲੈਣ ਨੂੰ ਤਿਆਰ ਨਹੀਂ, ਬਿਲਕੁਲ ਕੀਮਤਾਂ ਡਿੱਗ ਚੁੱਕੀਆਂ। ਫੋਰਨ ਕੰਟਰੀ ਦੇ ਵਿੱਚ $1 ਇੱਕ ਰੇਟ ਜਿਹੜਾ ਹੈਗਾ ਪੈਟਰੋਲ ਡੀਜ਼ਲ ਦਾ, ਔਰ ਕੱਚੇ ਤੇਲ ਦੀਆਂ ਕੀਮਤਾਂ ਸੈਂਟਾਂ ਵਿੱਚ ਆ ਚੁੱਕੀਆਂ। ਸੋ ਮੋਦੀ ਸਰਕਾਰ, ਉਹਦੀ ਭਾਈਵਾਲ ਸਰਕਾਰ, ਜੋ ਆਪਣੇ ਬਾਦਲ ਸਾਹਿਬ ਆ, ਜੋ ਅਕਾਲੀ ਦਲ ਆ, ਉਹ ਪੰਜਾਬ 'ਤੇ ਖਤਮ ਕਰਦੇ ਤੁਲੇ ਹੋਏ ਆ, ਔਰ ਮੋਦੀ ਹਿੰਦੁਸਤਾਨ ਨੂੰ ਖਤਮ ਕਰਨ ਲਈ ਤੁਲਿਆ ਹੋਇਆ, ਔਰ ਜੋ ਬਾਦਲ ਪਰਿਵਾਰ ਹੈ ਉਹ ਪੰਜਾਬ ਨੂੰ ਖਤਮ ਕਰਨ ਲਈ ਤੁਰਿਆ ਹੋਇਆ, ਔਰ ਕੈਪਟਨ ਨੇ ਵੀ ਉਹਨਾਂ ਦੀਆਂ ਪੈੜਾਂ ਵਿੱਚ ਪੈੜਾਂ ਪਾਉਂਦੇ ਹੋਏ ਪੰਜਾਬ ਨੂੰ ਬਿਲਕੁਲ ਕੰਗਾਲ ਦੀ ਰਾਹ 'ਤੇ ਲਿਆ ਜਾਂਦਾ ਹੈਗਾ।
ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।